ਸਤਿ ਸ਼੍ਰੀ ਅਕਾਲ ਜੀ। ਸੋ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਕੈਨੇਡਾ ਦੀ ਐਡਮਿੰਟਨ ਸ਼ਹਿਰ ਦੇ ਵਿੱਚ ਰਹਿ ਰਿਹਾ ਇੱਕ ਨੌਜਵਾਨ ਜਿਸਦਾ ਨਾਮ ਗੁਰਬਚਨ ਸਿੰਘ ਆ, ਬਠਿੰਡਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਸੋ ਮਾਨਸਾ ਜ਼ਿਲ੍ਹੇ ਦੇ ਪਿੰਡ ਦੀ ਗੱਲ ਕਰ ਲਈਏ, ਮੋਹਰ ਸਿੰਘ ਵਾਲਾ ਦਾ ਰਹਿਣ ਵਾਲਾ ਗੁਰਬਚਨ ਸਿੰਘ ਸੋਸ਼ਲ ਮੀਡੀਆ ਜ਼ਰੀਏ ਆਪਣਾ ਚੋਣ ਪ੍ਰਚਾਰ ਜਿਹੜਾ ਆ ਉਹ ਚਲਾ ਰਿਹਾ ਹੈਗਾ ਆ। 14 ਸਾਲ ਪਹਿਲਾਂ ਉਹ ਪਛੜੇ ਖੇਤਰ ਮਾਨਸਾ ਵਿੱਚੋਂ ਉੱਠ ਕੇ ਕੈਨੇਡਾ ਜਾ ਕੇ ਵਸਣ ਵਾਲੇ ਨੌਜਵਾਨ ਦੇ ਦਿਲ ਦੇ ਵਿੱਚ ਐਸਾ ਕੀ ਆਇਆ, ਉਹ ਹਾਲੇ ਵੀ ਪੰਜਾਬ ਬਾਰੇ ਸੋਚਦਾ ਆ, ਹਾਲੇ ਵੀ ਆਪਣੇ ਮਾਨਸਾ ਦਾ ਦਰਦ ਜਿਹੜਾ ਆ ਉਹ ਸਮਝ ਸਕਦਾ ਆ। ਮਾਨਸਾ ਜ਼ਿਲ੍ਹੇ ਦੇ ਉੱਪਰ ਉਸਨੇ ਕਿਹਾ ਆ ਪਛੜੇਪਣ ਦਾ ਦਾਗ ਜਿਹੜਾ ਉਹ ਹਾਲੇ ਵੀ ਲੱਗਾ ਹੋਇਆ, ਜਿਸ ਨੂੰ ਧੋਣ ਲਈ ਉਹ ਕੋਸ਼ਿਸ਼ ਕਰ ਰਿਹਾ ਹੈਗਾ ਆ। ਉਕਤ ਨੌਜਵਾਨ ਕੈਨੇਡਾ ਤੋਂ ਸਪੈਸ਼ਲ ਚੱਲ ਕੇ ਬਠਿੰਡਾ ਨਾਮਜ਼ਦਗੀ ਦਾਖਲ ਕਰਨ ਲਈ ਪੁੱਜਾ ਸੀ, ਪਰ ਉਸ ਤੋਂ ਬਾਅਦ ਗੱਲ ਕਰ ਲਈਏ ਉਹ ਵਾਪਸ ਕੈਨੇਡਾ ਦੇ ਵਿੱਚ ਚਲਾ ਗਿਆ। ਉਸਦਾ ਕਹਿਣਾ ਇਹ ਵੀ ਸੀਗਾ ਕਿ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਇੱਥੋਂ ਆਪਣਾ ਚੋਣ ਪ੍ਰਚਾਰ ਜਿਹੜਾ ਆ ਉਹ ਚਲਾ ਰਿਹਾ ਹੈਗਾ ਆ। ਉੱਥੇ ਹੀ ਬਠਿੰਡਾ ਅਤੇ ਮਾਨਸਾ ਦੇ ਵਿੱਚ ਉਸਦੇ ਦੋਸਤ ਇੱਕ ਟੀਮ ਬਣਾ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਹੈਗੇ ਨੇ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਆ ਕਿ ਉਸ ਵੱਲੋਂ ਚੁੱਕੇ ਗਏ ਜਿਹੜੇ ਮੁੱਦੇ ਨੇ ਇਸ ਸੰਬੰਧੀ ਬਠਿੰਡੇ ਅਤੇ ਮਾਨਸਾ ਜ਼ਿਲ੍ਹੇ ਦੇ ਨੇ ਅੰਦਰ ਪੋਸਟਰ ਲਗਾਏ ਜਾ ਰਹੇ ਹੈਗੇ ਨੇ ਜੋ ਜੋ ਮੁੱਦੇ ਨੇ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਜੋ ਲੀਡਰ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਰਹੇ ਨੇ, ਹੁਣ ਤੱਕ ਉਹ ਵੱਖ ਵੱਖ ਸਿਆਸੀ ਜੋ ਪਾਰਟੀਆਂ ਹੈਗੀਆਂ ਨੇ ਉਹਨਾਂ ਦੀਆਂ ਸਰਕਾਰਾਂ ਲਿਆ ਚੁੱਕੇ ਨੇ, ਪਰ ਹੁਣ ਅਸਲ ਮੁੱਦਿਆਂ 'ਤੇ ਕੰਮ ਮੈਂ ਕਰੂੰਗਾ। ਜੋ ਲੋਕ ਨਹੀਂ ਕੀਤੇ ਜਾਂ ਜੋ ਪਹਿਲੇ ਉਮੀਦਵਾਰਾਂ ਨੇ ਨਹੀਂ ਕੀਤਾ, ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ, ਪਰ ਹੁਣ ਉਹ ਵੀ ਟੁੱਟਦੀਆਂ ਹੋਈਆਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਉਹ ਵੀ ਟੁੱਟ ਚੁੱਕੀਆਂ ਨੇ। ਆਮ ਆਦਮੀ ਪਾਰਟੀ ਦੇ ਜਿਹੜਾ ਝਾੜੂ ਹੈਗਾ ਆ ਉਸਨੇ ਗੰਦਗੀ ਫੈਲਾਈ ਹੈ। ਆਮ ਆਦਮੀ ਪਾਰਟੀ ਦਾ ਝਾੜੂ ਵੱਖ ਵੱਖ ਪਾਰਟੀਆਂ ਦੇ ਜੋ ਗੰਦ ਨੂੰ ਇਕੱਠਾ ਕਰਕੇ ਜਿਹੜਾ ਆ ਸਾਡੇ ਵਿੱਚ ਮਿਲਾ ਰਿਹਾ ਹੈਗਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਿਧਾਂਤ ਤੋਂ ਖਿੜਕ ਚੁੱਕੀ ਹੈ, ਜਿਸਨੇ ਕਿਹਾ ਸੀਗਾ ਕਿ ਉਹ ਦੂਜੀਆਂ ਪਾਰਟੀਆਂ ਦੇ ਜੋ ਲੀਡਰ ਨੇ ਆਪ ਵਿੱਚ ਸ਼ਾਮਿਲ ਉਹ ਨਹੀਂ ਕਰਨਗੇ, ਪਰ ਉਹੀ ਦੌਰ ਜਿਹੜਾ ਚੱਲ ਰਿਹਾ ਹੈਗਾ ਆ। ਸੋ ਉਹੀ ਧੜਾਧੜ ਜਿਹੜੇ ਦੂਸਰੇ ਪਾਰਟੀ ਦੇ ਲੀਡਰ ਹੈਗੇ ਨੇ ਉਹ ਚੁਣੇ ਜਾ ਰਹੇ ਹੈਗੇ ਨੇ। ਸੋ ਇਸ ਕਰਕੇ ਇਹਨੇ ਇੱਕ ਮਾਚਿਸ ਦੀ ਤਿੱਲੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਚੁਣਿਆ। ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਉਸਦਾ ਚੋਣ ਲੜਨ ਦਾ ਮਕਸਦ ਜਿਹੜਾ ਮਕਸਦ ਹੈਗਾ ਲੋਕਾਂ ਨੂੰ ਚੰਗਿਆਰੀ ਲਾਉਣਾ ਆ, ਇਸ ਕਰਕੇ ਉਸਨੇ ਜਿਹੜਾ ਆਪਣਾ ਚੋਣ ਨਿਸ਼ਾਨ ਆ ਉਹ ਮਾਚਿਸ ਚੁਣਿਆ ਆ, ਮਾਚਿਸ ਅਤੇ ਤੇਲੀ ਨੂੰ ਚੁਣਿਆ ਗਿਆ ਆ। ਉਸਦਾ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਲੇਗੀ ਮਾਚਿਸ ਦੀ ਤੇਲੀ ਤਾਂ ਉਜਾਲਾ ਹੋਵੇਗਾ। ਸੋ ਆਉਣ ਵਾਲਾ ਭਵਿੱਖ ਜਿਹੜਾ ਆ ਉਹਨੂੰ ਉਜਾਲਾ ਬਣਾਇਆ ਜਾਏਗਾ। ਇਸ ਕਰਕੇ ਮਾਚਿਸ ਦੀ ਤੇਲੀ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਆ, ਇਹ ਊਰਜਾ ਦਾ ਸਰੋਤ ਮੰਨੀ ਗਈ ਆ ਅਤੇ ਤਰੱਕੀ ਦਾ ਰਾਹ ਵੀ ਖੋਲ੍ਹਦੀ ਹੈਗੀ ਆ। ਸੋ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮਾਚਿਸ ਦੀ ਡੱਬੀ ਬਹੁਤ ਛੋਟੀ ਹੈ ਪਰ ਇਸਦੀ ਜਿਹੜੀ ਪਾਵਰ ਹੈ ਉਹ ਬਹੁਤ ਵੱਡੀ ਹੈ। ਇਸਦਾ ਕੋਈ ਵੀ ਜਿਹੜਾ ਗਲਤ ਇਸਤੇਮਾਲ ਉਹ ਨਹੀਂ ਕਰਦਾ, ਲੋੜ ਪੈਣ 'ਤੇ ਇਸਤੇਮਾਲ ਕਰਦਾ, ਜਿਸਦਾ ਕਾਰਨ ਉਸਨੇ ਇਸ ਚੋਣ ਨਿਸ਼ਾਨ ਜਿਹੜਾ ਆ ਜ਼ਰੀਏ ਦੱਸਿਆ ਗਿਆ। ਉਸਦਾ ਕਹਿਣਾ ਹੈ ਕਿ ਵੱਡੀਆਂ ਜੋ ਰੈਲੀਆਂ ਦੀ ਬਜਾਏ ਆਪਾਂ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰੀਏ ਤਾਂ ਇੱਕ ਤਾਂ ਪੈਸਾ ਵੀ ਬਚਦਾ ਆ, ਜਿਹੜੀ ਆ ਸਾਨੂੰ ਪਹੁੰਚਾਈ ਵੀ ਜਿਹੜੀ ਆਰਾਮ ਨਾਲ ਹੋ ਸਕਦੀ ਆ। ਲਗਾਤਾਰ ਜਿਹੜੇ ਆ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਆ। ਸੋ ਇਹ ਵੀ ਜ਼ਿਕਰ ਕੀਤਾ ਹੈ ਕਿ ਮਾਨਸਾ ਦੇ ਜ਼ਿਲ੍ਹਾ ਪਹਿਲਾਂ ਜੋ ਪਛੜਿਆ ਹੋਇਆ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਖੇਤਰ ਦੇ ਜੋ ਵਿਕਾਸ ਵੱਲ ਨੂੰ ਕੋਈ ਵੀ ਖਾਸ ਧਿਆਨ ਨਹੀਂ ਦਿੱਤਾ। ਸੋ ਹੁਣ ਜਿਹੜਾ ਆ ਮੈਂ ਖਾਸ ਕਰਕੇ ਧਿਆਨ ਦੇਵਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਜੋ ਹਰਸਿਮਰਤ ਕੌਰ ਬਾਦਲ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਗੱਲਾਂ ਕੀਤੀਆਂ ਨੇ ਕਿ ਲੋਕਾਂ ਨੇ 3 ਵਾਰ ਜਿਤਾਇਆ ਪਰ ਉਸਨੇ 1 ਵਾਰ ਵੀ ਮਾਨਸਾ ਦੇ ਲੋਕਾਂ ਲਈ ਮੁੱਢਲੀਆਂ ਸਹੂਲਤਾਂ ਤੱਕ ਕੋਈ ਪ੍ਰਬੰਧ ਨਹੀਂ ਕੀਤਾ। ਮਾਨਸਾ ਜ਼ਿਲ੍ਹਾ ਅੰਦਰ ਕੋਈ ਵੀ ਵੱਡੀ ਯੂਨੀਵਰਸਿਟੀ ਜਿਹੜੀ ਆ, ਮੈਡੀਕਲ ਕਾਲਜ ਹੋ ਗਏ ਜਾਂ ਕੋਈ ਹਸਪਤਾਲ ਨਹੀਂ ਹੈ। ਉਸਦਾ ਕਹਿਣਾ
ਇਹ ਵੀ ਸੀਗਾ ਕਿ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਪਾਰਟੀ ਤੋਂ ਉਹ ਵੀ ਮਾਨਸਾ ਖੇਤਰ ਨਾਲ ਵਿਤਕਰਾ ਕੀਤਾ ਗਿਆ ਹੈ ਉਹਨਾਂ ਵੱਲੋਂ ਏਮਸ ਮਾਨਸਾ ਕੈਂਚੀਆਂ ਜਾਂ ਮੋੜ ਮੰਡੀ ਵੱਡੀ ਸੜਕ 'ਤੇ ਹੋਣਾ ਚਾਹੀਦਾ ਸੀਗਾ ਪਰ ਆਪਣੇ ਮੁਫਾਦਾਂ ਲਈ ਉਹਨਾਂ ਨੇ ਆਪਣਾ ਜਿਹੜਾ ਇਹ ਖੇਤਰ ਜਿਹੜਾ ਵਿੱਚ ਲਗਵਾਇਆ ਗਿਆ ਆ ਉਹਨਾਂ ਨੇ ਆਪਣਾ ਇਹ ਖੇਤਰ ਚੁਣਿਆ ਆ ਇਸ ਤਰ੍ਹਾਂ ਕਈ ਯੂਨੀਵਰਸਿਟੀਆਂ ਵੀ ਜਿਹੜੀਆਂ ਨੇ ਉਹ ਹਰਸਿਮਰਤ ਬਾਦਲ ਵੱਲੋਂ ਆਪਣੇ ਖੇਤਰ ਦੇ ਵਿੱਚ ਹੀ ਉਹ ਖੋਲ੍ਹੀਆਂ ਗਈਆਂ ਨੇ ਆਪਣੇ ਖੇਤਰ ਦੇ ਵਿੱਚ ਹੀ ਲਿਆਂਦੀਆਂ ਗਈਆਂ ਨੇ ਉਹਨਾਂ ਦੀਆਂ ਸਹੂਲਤਾਂ ਦੀ ਜੋ ਵੰਡ ਕਰਨ ਵਿੱਚ ਮਾਨਸਾ ਜ਼ਿਲ੍ਹੇ ਨਾਲ ਜਿਹੜੀ ਵਿਤਕਰੇਬਾਜ਼ੀ ਜਿਹੜੀ ਆ ਉਹ ਕੀਤੀ ਗਈ ਆ ਨੌਜਵਾਨ ਨੇ ਇਹ ਵੀ ਕਿਹਾ ਹੈ ਕਿ ਹਰਸਿਮਰਤ ਜੋ ਬਾਦਲ ਨੇ ਉਹਨਾਂ ਨੇ ਇਹ ਮਿਸਾਲ ਸੱਚ ਕਰ ਦਿੱਤੀ ਆ ਕਿ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ ਸੋ ਉਹਨਾਂ ਨੇ ਕਿਹਾ ਕਿ ਉਸਦਾ ਮੁਕਾਬਲਾ ਜਿਹੜਾ ਹੈਗਾ ਆ ਉਹ ਕਿਸੇ ਉਮੀਦਵਾਰ ਦੇ ਨਾਲ ਨਹੀਂ ਹੈਗਾ ਕਿਉਂਕਿ ਚੋਣ ਲੜ ਰਹੇ ਹਾਂ ਆਪਾਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਉਮੀਦਵਾਰ ਨੇ ਉਹ ਲੋਕਾਂ ਦੇ ਮੁੱਦਿਆਂ ਤੋਂ ਭਟਕਾਉਣ ਦਾ ਕੰਮ ਕਰਦੇ ਹੈਗੇ ਨੇ ਸੋ ਮੈਂ ਉਹਨਾਂ ਨੂੰ ਆਪਣੇ ਮੁੱਦਿਆਂ 'ਤੇ ਲਿਆਉਣ ਦੀ ਗੱਲ ਕਰਦਾ ਹਾਂ ਅਤੇ ਨੌਜਵਾਨ ਦੀ ਪੜ੍ਹਾਈ ਦੀ ਗੱਲ ਕਰ ਲਈਏ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਹੈਗਾ ਹੈ ਬਠਿੰਡੇ ਦੇ ਵਿੱਚ 2002 ਤੋਂ 2006 ਤੱਕ ਬੀਟੈਕ ਉਸਨੇ ਉੱਥੇ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਆ ਸੋ ਉਚੇਰੀ ਪੜ੍ਹਾਈ ਲਈ ਉਹ ਕੈਨੇਡਾ ਚਲ ਗਿਆ ਸੀਗਾ ਇੱਥੇ ਸੋ ਕਹਿ ਲਈਏ ਕਿ ਉਹਨੇ ਪਹਿਲੀ ਜਿਹੜੀ ਮਾਸਟਰ ਡਿਗਰੀ ਕੀਤੀ ਆ ਯੂਨੀਵਰਸਿਟੀ ਦੇ ਵਿੱਚ ਸੋ ਉੱਥੇ ਕੈਲੀਫੋਰਨੀਆ ਦੇ ਵਿੱਚ ਉਹਨੇ ਜਿਹੜੀ ਇਹ ਡਿਗਰੀ ਕੀਤੀ ਆ ਹੁਣ ਉਹ ਯੂਨੀਵਰਸਿਟੀ ਜੋ ਆਫ ਅਲਬਰਟਾ ਹੈਗੀ ਆ ਉਸ ਜਗ੍ਹਾ 'ਤੇ IIT ਹੈਗੀ ਆ ਮਰਦਾਸ ਦੇ ਸਾਂਝੇ ਪ੍ਰੋਗਰਾਮ ਹੇਠ PhD ਕਰ ਰਹੇ ਹੈਗੇ ਨੇ ਉੱਥੇ ਉਹ ਮਕੈਨੀਕਲ ਇੰਜੀਨੀਅਰਿੰਗ ਦੀ ਨੌਕਰੀ ਵੀ ਕਰ ਰਹੇ ਨੇ ਸੋ ਇਹ ਵੱਡਾ ਮੁੱਦਾ ਇਸ ਨੌਜਵਾਨ ਨੇ ਚੁੱਕਿਆ ਆ ਕਈ ਸਵਾਲ ਇਸ ਨੌਜਵਾਨ ਨੇ ਖੜ੍ਹੇ ਕੀਤੇ ਆ ਕਿ ਹਰ ਇੱਕ ਸਿਆਸੀ ਪਾਰਟੀਆਂ ਖਾਸ ਕਰਕੇ ਮੁੱਦਿਆਂ ਤੋਂ ਭਟਕਾ ਰਹੇ ਨੇ ਸੋ ਮੈਂ ਉਸ ਮੁੱਦਿਆਂ 'ਤੇ ਕੰਮ ਕਰਨਾ ਚਾਹੁੰਦਾ ਹਾਂ ਸੋ ਸੋਸ਼ਲ ਮੀਡੀਆ ਰਾਹੀਂ ਇਸ ਨੌਜਵਾਨ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਆ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਇਹ ਨੌਜਵਾਨ ਦਾ ਇਹ ਤਰੀਕਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਹਾਲਾਤ ਸੁਧਾਰਨ ਦਾ ਜਿਹੜਾ ਇਹ ਜਿੰਮਾ ਲਿਆ ਜਾ ਰਿਹਾ ਉਸਨੂੰ ਕਿੱਦਾਂ ਦੇਖਦੇ ਹੋ ਮੈਨੂੰ ਦਿਓ ਇਜਾਜ਼ਤ ਧੰਨਵਾਦ